ਅੱਛਾ ਲੱਕੀ ਜੀ, ਇਹ ਜਿਸ ਤਰ੍ਹਾਂ ਤਰੀਕੇ ਨਾਲ ਤੁਸੀਂ ਦੱਸਿਆ ਕਿ ਜਿਹੜਾ ਸਰਵਿਸ ਪ੍ਰੋਵਾਈਡਰ ਹੈ ਉਹ ਤੁਹਾਡੇ ਤੋਂ ਪੇ ਕਰ ਰਹੇ ਆ, ਤਾਂ ਉਹ ਉਹਦੀ ਜ਼ਿੰਮੇਵਾਰੀ ਹੈ। ਪਰ ਬਹੁਤ ਸਾਰੇ, ਜੇਕਰ ਅਸੀਂ ਮੋਹਾਲੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਅੱਜ ਦੇ ਦੌਰ ਦੇ ਵਿੱਚ ਉਨੇ ਬੰਦੇ ਨਹੀਂ, ਇਹ ਵੈਸੇ ਮਜ਼ਾਕ ਵੀ ਤੁਹਾਡੀ ਇੰਡਸਟਰੀ ਦੇ ਲਈ ਕਰਿਆ ਜਾਂਦਾ ਕਿ ਉਨੇ ਬੰਦੇ ਨਹੀਂ ਜਿੰਨੇ ਪ੍ਰਾਪਰਟੀ ਡੀਲਰ ਫਿਰਦੇ ਆ। ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੰਦਾ ਡਿਸਾਈਡ ਕਿਵੇਂ ਕਰੇ ਕਿ ਕਿਹੜਾ ਬੰਦਾ ਸਹੀ ਹੈ ਕਿਹੜਾ ਗਲਤ ਹੈ? ਦੇਖੋ ਸਰ, ਇਸ ਤਰ੍ਹਾਂ ਸਾਡਾ ਮੋਹਾਲੀ ਦੇ ਵਿੱਚ ਤਾਂ ਗਮਾਡਾ ਦੇ ਲਾਇਸੈਂਸ ਬਣਦੇ ਆ ਜਾਂ ਰੇਰਾ ਦੇ ਲਾਇਸੈਂਸ ਬਣਦੇ ਆ। ਜੀ ਜਿੰਨੇ ਬਿਲਡਰਾਂ ਨਾਲ ਕੰਮ ਕਰਦੇ ਆ ਉਹਨਾਂ ਦਾ ਰੇਰਾ ਦਾ ਲਾਇਸੈਂਸ ਹੋਣਾ ਚਾਹੀਦਾ। ਰੇਰਾ ਲਾਇਸੈਂਸ ਤਾਂ ਹੀ ਬਣਦਾ, ਸਾਡੀ ਗਵਰਨਮੈਂਟ ਕੋਲ ਐਫ ਡੀ ਜਮ੍ਹਾਂ ਹੁੰਦੀ ਹੈ, ਪਲੱਸ ਸਾਡਾ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ, ਉਸ ਤੋਂ ਬਾਅਦ ਸਾਨੂੰ ਲਾਇਸੈਂਸ ਮਿਲਦਾ। ਅਗਰ ਅਸੀਂ ਠੱਗੀ ਮਾਰਦੇ ਹਾਂ ਜਾਂ ਗਲਤ ਕੰਮ ਕਰਦੇ ਹਾਂ ਤਾਂ ਫਰਦਰ ਸਾਡਾ ਲਾਇਸੈਂਸ ਕੈਂਸਲ ਹੋ ਜਾਂਦਾ ਹੈ। ਤੇ ਇਸ ਕਰਕੇ ਜੋ ਤੁਸੀਂ ਰੇਰਾ ਅਪਰੂਵ ਬੰਦਾ, ਕਿਉਂਕਿ ਆਮ ਤੌਰ ਤੇ ਕੀ ਦੇਖਿਆ ਜਾਂਦਾ ਹੈ ਕਿ ਪੁਰਾਣੇ ਸ਼ਹਿਰਾਂ ਦੇ ਵਿੱਚ ਛੋਟੀ ਛੋਟੀ ਕਲੋਨੀਆਂ ਇਕੱਠੀਆਂ ਹੁੰਦੀਆਂ ਤੇ ਹਰ ਜਣਾ ਖਣਾ ਡੀਲਰ ਬਣਿਆ ਹੁੰਦਾ, ਉਹ ਤੁਸੀਂ ਉਹ ਬੰਦੇ ਕੋਲ ਨਾ ਜਾ ਕੇ ਤੁਸੀਂ ਇੱਕ ਗਵਰਨਮੈਂਟ ਦਾ ਲਾਇਸੈਂਸ ਹੋਲਡਰ ਜਿਹੜਾ ਹੈਗਾ, ਜਿਹੜਾ ਰੇਰਾ ਦਾ ਲਾਇਸੈਂਸ ਲੈ ਕੇ ਬੈਠਾ, ਉਹਦੇ ਕੋਲ ਜਾਓ ਜਿਹਨੂੰ ਕੋਈ ਸਾਰੀ ਗਵਰਨਮੈਂਟ ਦੀਆਂ ਕਾਨੂੰਨੀ ਕਾਰਵਾਈਆਂ ਦਾ ਪਤਾ ਹੁੰਦਾ। ਅੱਛਾ ਲੱਕੀ, ਇੱਕ ਚੀਜ਼ ਹੋਰ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਕਰੋਨਾ ਤੋਂ ਬਾਅਦ, ਕਿ ਮੋਹਾਲੀ ਚੰਡੀਗੜ੍ਹ ਦੇ ਵਿੱਚ ਬਾਕੀ ਸਾਰੇ ਥਾਵਾਂ ਤੇ ਵੀ ਰੇਟ ਵਧਿਆ, ਪਰ ਮੋਹਾਲੀ ਚੰਡੀਗੜ੍ਹ ਦੇ ਵਿੱਚ ਰੇਟ ਇੱਕਦਮ ਹੀ ਅੱਪ ਹੋਏ ਨੇ। ਜ਼ੀਰਕਪੁਰ ਦੀ ਗੱਲ ਕੀਤੀ ਜਾਵੇ ਜਾਂ ਖਰੜ ਦੀ ਗੱਲ ਕੀਤੀ ਜਾਵੇ, ਇਹਦੇ ਆਸ-ਪਾਸ ਦੇ ਏਰੀਏ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਮੋਹਾਲੀ ਦੇ ਵਿੱਚ ਮੈਨੂੰ ਲੱਗਦਾ ਜ਼ਮੀਨ ਦੀ ਘਾਟ ਹੋਣ ਕਾਰਨ ਖਰੜ ਵਾਲਾ ਏਰੀਆ ਪੂਰੀ ਬੁੱਕ ਹੈ ਤੇ ਉਧਰ ਕਰਹਾਲੀ ਤੱਕ ਚਲਾ ਗਿਆ, ਤੇ ਉਧਰ ਜ਼ੀਰਕਪੁਰ ਵਾਲਾ ਸਾਈਡ ਉਹ ਬਹੁਤ ਦੂਰ ਤੱਕ ਤੇ ਜਿਹੜੀ ਪ੍ਰਾਪਰਟੀ ਬਣ ਰਹੀ ਹੈ, ਨਵੇਂ ਨਵੇਂ ਪ੍ਰੋਜੈਕਟ ਆ ਰਹੇ ਨੇ, ਤਾਂ ਇੱਕਦਮ ਦੇ ਨਾਲ ਰੇਟ ਵਧੇ ਨੇ, ਇੱਕਦਮ ਦੇ ਨਾਲ ਬਹੁਤ ਸਾਰੇ ਪ੍ਰੋਜੈਕਟ ਆਏ ਨੇ। ਇਹੋ ਜਿਹਾ ਇਸ ਏਰੀਏ ਦੇ ਵਿੱਚ ਕੀ ਲੱਗਦਾ, ਇੱਕ ਇਨਵੈਸਟਰ ਦੇ ਤੌਰ ਤੇ ਵੀ ਤੁਸੀਂ ਦੱਸ ਸਕਦੇ ਹੋ, ਤੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੇ ਨਾਲ ਇੱਕਦਮ ਇਨਵੈਸਟਮੈਂਟ ਆਈ ਹੈ ਇੱਥੇ ਪਿਛਲੇ ਕੁਝ ਸਾਲਾਂ ਤੱਕ? ਜੇਕਰ 8-10 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇੰਨੀਆਂ ਬਿਲਡਿੰਗਾਂ ਵੀ ਨਹੀਂ ਸੀ, ਇੰਨੇ ਇਨਵੈਸਟਮੈਂਟ ਵੀ ਨਹੀਂ ਸੀ, ਹੁਣ ਅਚਾਨਕ ਕੀ ਹੋਇਆ ਪਿਛਲੇ ਕੁਝ ਸਾਲਾਂ ਤੋਂ ਬਹੁਤ ਵੱਡੇ ਪੱਧਰ ਤੇ ਇਨਵੈਸਟਮੈਂਟ ਹੋਈ ਹੈ, ਕੀ ਕੀ ਫਿਊਚਰ ਲੱਗਦਾ ਉਸ ਚੀਜ਼ ਦਾ? ਸਰ, ਕਰੋਨਾ ਤੋਂ ਬਾਅਦ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਮੋਹਾਲੀ ਦੇ ਵਿੱਚ ਬੇਸਿਕ ਇਨਫਰਾਸਟ੍ਰਕਚਰ ਠੀਕ ਹੈ। ਤੁਸੀਂ ਦੇਖੋ ਦਿੱਲੀ ਦੇ ਵਿੱਚ ਮੇਰੇ ਸਾਡੇ ਵੀ ਕੋਈ ਨੌਨ ਸੀ ਜਿਨ੍ਹਾਂ ਨੂੰ ਹਸਪਤਾਲ ਦੀ ਬਹੁਤ ਕਮੀ ਨਜ਼ਰ ਆਈ, ਉਹ ਇੱਥੇ ਆ ਕੇ ਐਡਮਿਟ ਹੋਏ। ਮੈਨੂੰ ਫੋਨ ਆਇਆ, ਕਦੀ ਕਿਸੇ ਨੂੰ ਅਸੀਂ ਅੰਬਾਲੇ ਲੈ ਕੇ ਦਿੱਤਾ, ਕਿਸੇ ਨੂੰ ਪਟਿਆਲੇ ਲੈ ਕੇ ਦਿੱਤਾ, ਕਿਸੇ ਨੂੰ ਮੋਹਾਲੀ ਲੈ ਕੇ ਦਿੱਤਾ, ਚੰਡੀਗੜ੍ਹ ਹਸਪਤਾਲ ਲੈ ਕੇ ਦਿੱਤੇ। ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਪੈਸੇ ਤਾਂ ਇੰਨੇ ਖਰਚ ਰਹੇ ਹਾਂ, ਇੱਥੇ ਰਹਿ ਰਹੇ ਹਾਂ ਅਸੀਂ, ਪਰ ਕੱਲ੍ਹ ਨੂੰ ਕੋਈ ਮੁਸ਼ਕਲ ਦੀ ਘੜੀ ਜਾਂਦੀ, ਜਿੱਦਾਂ ਕਰੋਨਾ ਆਇਆ ਤਾਂ ਜਾਨ ਬਚਾਉਣ ਵਾਸਤੇ ਸਾਨੂੰ ਪੰਜਾਬ ਜਾਣਾ ਪਿਆ, ਜਿਹੜਾ ਪੰਜਾਬ ਨੂੰ ਟੱਚ ਕਰਦਾ ਸੀ, ਜਿਹੜਾ ਪੰਜਾਬ ਨੂੰ ਪਿਆਰ ਕਰਦਾ ਸੀ। ਉਹਨਾਂ ਨੇ ਸੈਕਿੰਡ ਹੋਮ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ, ਸੈਕਿੰਡ ਹੋਮ ਈਵਨ ਦੈਨ ਕਈ ਬੰਦੇ ਤੇ ਮੇਰੇ ਸਰਕਲ ਦੇ ਵਿੱਚ ਕਈ ਬੰਦੇ ਤੇ ਸ਼ਿਫਟ ਹੋਏ, ਈਵਨ ਦੈਨ ਕਈ ਬੰਦਿਆਂ ਨੇ ਤਾਂ ਅੱਜ ਵੀ 4 ਸਾਲ ਹੋ ਗਏ, 5 ਸਾਲ ਚੰਡੀਗੜ੍ਹ ਦੇ ਵਿੱਚ ਕੋਠੀਆਂ, ਚੰਗੇ ਬਿਲਡਰ ਜਿਹੜੇ ਅੱਛੇ ਹੈਗੇ ਦਿੱਲੀ ਦੇ ਬੰਦੇ, ਉਹਨਾਂ ਨੇ ਕਿਰਾਏ ਤੇ ਲਾ ਕੇ ਰੱਖੀ, ਕੱਲ੍ਹ ਨੂੰ ਕੋਈ ਪ੍ਰੋਬਲਮ ਆਏਗੀ ਤਾਂ ਇੱਥੇ ਸ਼ਿਫਟ ਹੋ ਜਾਵਾਂਗੇ। ਜਦੋਂ ਕਰੋਨਾ ਕਾਲ ਤੋਂ ਬਾਅਦ ਲੋਕਾਂ ਦਾ ਬੇਸਿਕ ਇਨਫਰਾਸਟ੍ਰਕਚਰ ਨੂੰ ਦੇਖਦੇ ਆ, ਮੋਹਾਲੀ ਵੱਲ ਬਹੁਤ ਰੁਝਾਨ ਵਧਿਆ, ਉਹ ਰੁਝਾਨ ਵਧਣ ਬਾਹਰ ਤੋਂ ਇਨਵੈਸਟਮੈਂਟ ਬਹੁਤ, ਪੰਜਾਬ ਤੋਂ, ਹਰਿਆਣਾ ਤੋਂ, ਹਿਮਾਚਲ ਤੋਂ, JNK ਤੋਂ ਬਹੁਤ ਜ਼ਿਆਦਾ ਇਨਵੈਸਟਮੈਂਟ ਇੱਥੇ ਆਈਆਂ। ਲੋਕਾਂ ਨੇ ਇੱਥੇ ਆ ਕੇ ਮਕਾਨ ਬਣਾਉਣੇ ਵੀ ਸ਼ੁਰੂ, ਇਹ ਨਹੀਂ ਕਿ ਲੈ, ਇੱਥੇ ਆ ਕੇ ਰਹਿਣਾ ਵੀ ਸ਼ੁਰੂ ਕਰਤਾ, ਕਿਉਂਕਿ ਸਾਡਾ ਇਨਵਾਇਰਮੈਂਟ, ਨਾ ਤਾਂ ਪੋਲਿਊਸ਼ਨ ਫ੍ਰੀ ਹੈ ਸਾਡਾ ਏਰੀਆ, ਕਿਉਂਕਿ ਸਾਡਾ ਏਰੀਆ ਪੋਲਿਊਸ਼ਨ ਫ੍ਰੀ ਇਸ ਤਰ੍ਹਾਂ, ਕਿਉਂਕਿ ਦੇਖੋ ਬਹੁਤ ਜ਼ਿਆਦਾ ਪੇੜ ਲੱਗੇ ਸਾਡੇ ਇੱਥੇ, ਔਰ ਦੂਸਰਾ ਸਾਡਾ ਹਿਮਾਚਲ ਨੇੜੇ ਹੋਣ ਕਰਕੇ ਇਨਵਾਇਰਮੈਂਟ ਬਹੁਤ, ਟ੍ਰੈਫਿਕ ਵੀ ਨਹੀਂ ਹੈ ਸਾਡੇ, ਲੋਕਾਂ ਨੂੰ ਬੇਸਿਕ ਇਨਫਰਾਸਟ੍ਰਕਚਰ ਬਹੁਤ ਪਸੰਦ ਆਇਆ ਮੋਹਾਲੀ ਦਾ।